ਗੁਰੂ ਰਾਮਦਾਸ ਦੀਆਂ ਬੜੀਆਂ ਕਿਰਪਾ ਵਾ, ਠਾਠਾ ਮਾਰਦਾ ਇਕੱਠ ਤੁਹਾਨੂੰ ਦਿਸ ਹੀ ਰਿਹਾ ਵਾ, ਕਿੱਦਾਂ ਸੰਗਤਾਂ ਆ ਰਹੀਆਂ ਅਤੇ ਜਾ ਰਹੀਆਂ ਨੇ। ਬਹੁਤ ਅੱਜ ਤੋਂ ਇਕੱਠ ਦੀ ਜਿਹੜੀ ਆ ਬੜੀ ਮਾਰ ਪਰਮਾਤ ਰਹੀ ਆ, ਸਵੇਰ ਤੋਂ ਵੇਖਣ ਨੇ ਦਰਬਾਰ ਸਾਹਿਬ ਦੇ ਵਿੱਚ ਇਸੇ ਤਰ੍ਹਾਂ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਆ। ਪਹਿਲੇ ਪ੍ਰਕਾਸ਼ ਦੇ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਲੋਕਾਂ ਨੇ ਬਹੁਤ ਜਿਹੜੇ ਪ੍ਰਬੰਧ ਕੀਤੇ ਗਏ ਆ, ਜਿੱਥੇ ਲੋਕਾਂ ਦੇ ਆਪਣੇ ਬੂਹਿਆਂ ਦੇ ਕਰੇ ਪੱਖੇ ਲਾਏ ਆ ਵੀ ਗਰਮੀ ਨਾ ਮਹਿਸੂਸ ਹੋਏ, ਘਰਾਂ ਦੇ ਦਰਵਾਜ਼ੇ ਖੋਲ੍ਹ ਦਿੱਤੇ ਗਏ ਨੇ ਵੀ ਆਓ ਸਾਡੇ ਘਰਾਂ 'ਚ ਆਰਾਮ ਕਰੋ। ਪਰ ਵੱਧ ਤੋਂ ਵੱਧ ਸੰਗਤਾਂ ਨੂੰ ਆਪਣੇ ਘਰਾਂ 'ਚ ਠਹਿਰਾਉਂਦੇ ਨੇ, ਸਵੇਰੇ ਪਹਿਲੇ ਪ੍ਰਕਾਸ਼ ਵਾਜਦੇ ਅਤੇ ਪ੍ਰਸ਼ਾਦਾ ਪਾਣੀ ਪਕਾ ਕੇ ਤਿਆਰ ਕਰਕੇ ਛਕਾ ਕੇ ਉਹਨਾਂ ਘਰਾਂ ਤੋਂ ਲੈ ਕੇ ਆਉਂਦੇ ਨੇ। ਇਸੇ ਤਰ੍ਹਾਂ ਦਰਬਾਰ ਸਾਹਿਬ ਜਾਣਗੇ, ਇੱਥੇ ਵੀ ਬੜੇ ਸੁਚੇਰੇ ਪ੍ਰਬੰਧ ਕੀਤੇ ਗਏ ਨੇ, ਜਿੱਥੇ ਸਰਾਵਾਂ ਦਾ ਪ੍ਰਬੰਧ ਕੀਤਾ, ਲੰਗਰ ਪਾਣੀ ਦਾ ਪ੍ਰਬੰਧ ਕੀਤਾ, ਉੱਥੇ ਇੱਥੇ ਦੇਸ਼ ਵਿਦੇਸ਼ਾਂ ਤੋਂ ਲਿਆ ਕੇ ਪ੍ਰਧਾਨ ਜੀ ਹੋਣਾਂ ਨੇ ਬੂਟੇ ਇਹੋ ਜਿਹੇ ਫੁੱਲ ਲਾਏ ਹੈ, ਉਹਨਾਂ ਦੀਆਂ ਇੰਨੀਆਂ ਸੁਗੰਧੀਆਂ ਵੀ 4 ਦਿਨ ਲੱਥ ਜਾਣ ਤੋਂ ਬਾਅਦ ਵਿੱਚ ਸੁਗੰਧੀਆਂ ਆਉਂਦੀਆਂ ਰਹਿੰਦੀਆਂ ਨੇ। ਅੱਜ ਉਹ ਅੰਦਰ ਲੱਗਣ ਡਏ ਨੇ, ਬਾਹਰ ਤੱਕ ਸੁਗੰਧੀਆਂ ਆ ਰਹੀਆਂ, ਵੱਖਰੇ ਵੱਖਰੀਆਂ ਭਾਂਤਾਂ ਦੇ ਜਿਹੜੇ ਫੁੱਲ ਆ ਉਹ ਲਿਆ ਕੇ ਲਾਏ ਗਏ ਨੇ। ਅਸੀਂ ਘਰ ਬੈਠੇ ਸੰਗਤਾਂ ਨੂੰ ਵੀ ਆਉਂਦੇ ਹਾਂ, ਇਹੋ ਜਿਹਾ ਨਜ਼ਾਰਾ ਨਹੀਂ ਗਾ ਲੱਭਣਾ। ਆਉਂਦੇ ਜਦੋਂ ਪਾਤਸ਼ਾਹ ਦਾ ਪ੍ਰਕਾਸ਼ ਆਉਂਦਾ ਵਾ, 33 ਕਰੋੜ ਦੇਵਤਾ ਜਿਹੜਾ ਵਾ ਉਹ ਆਣ ਕੇ ਦਰਸ਼ਨ ਕਰਦੇ ਨੇ, ਉਹ ਫੁੱਲ ਵਰਸਾਉਂਦੇ ਨੇ। ਗੁਰੂ ਮਹਾਰਾਜ ਸਹੀ ਬੜੀ ਪਾਤਸ਼ਾਹ ਦੀ ਕਿਰਪਾ ਵਾ, ਜਦੋਂ ਉੱਥੋਂ ਨਗਰ ਕੀਰਤਨ ਤੁਰਦਾ ਵਾ, ਉੱਥੋਂ ਵੇਖਣ ਵਾਲਾ ਇਕੱਠ ਹੁੰਦਾ ਵਾ, ਗਲੀਆਂ ਦੇ ਵਿੱਚੋਂ ਲੰਘਿਆ ਨਹੀਂ ਜਾਂਦਾ, ਤੇਲ ਮਾਰਿਆਂ ਭੁੰਜੇ ਨਹੀਂ ਪੈਂਦਾ, ਇੰਨੀਆਂ ਸੰਗਤਾਂ ਜੁੜ ਜਾਂਦੀਆਂ ਨੇ ਪਹਿਲੇ ਪ੍ਰਕਾਸ਼ ਦੇ ਦਿਹਾੜੇ 'ਤੇ। ਅਤੇ ਉੱਥੇ ਦਰਬਾਰ ਸਾਹਿਬ ਮੈਨੇਜਰ ਸਾਹਿਬ ਵੱਲੋਂ ਬੜਾ ਸੋਹਣਾ ਸੁਚੇਰੇ ਪ੍ਰਬੰਧ ਕੀਤੇ ਗਏ ਸਰਦਾਰ ਭਗਵੰਤ ਸਿੰਘ ਹੋਣਾ ਵੱਲੋਂ, ਬਹੁਤ ਵਧੀਆ ਲੱਗਾ ਵਾ, ਮਨ ਬੜਾ ਗਦਗਦ ਹੋਇਆ ਵਾ। ਇਸ ਦਿਨ ਨੂੰ ਅਸੀਂ ਉਡੀਕਦੇ ਹਾਂ, ਅਸੀਂ ਨਹੀਂ ਸਮੁੱਚੀਆਂ ਸੰਗਤਾਂ ਉਡੀਕਦੀਆਂ ਵਾ। ਆਓ ਆਪਾਂ ਆਣ ਕੇ ਹੱਥੀਂ ਸੇਵਾ ਕਰਕੇ ਆਪਣੀਆਂ ਝੋਲੀਆਂ ਭਰੀਏ, ਗੁਰੂ ਪਾਤਸ਼ਾਹ ਜਿੱਥੇ 5ਵੇਂ ਪਾਤਸ਼ਾਹ ਨੇ ਇਸ ਪਾਰਜ ਤਿਆਰ ਕਰਕੇ ਗੁਰੂ ਗ੍ਰੰਥ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਲਿਆਂਦਾ, ਉੱਥੇ ਅੱਜ ਹੀ ਵੇਖੋ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਥੱਲੜੇ ਬੰਨੇ, ਜਿਹੜੇ ਗੁਰੂ ਪਾਤਸ਼ਾਹ ਦੇ ਪਲੰਘੇ ਦੇ ਥੱਲੜੇ ਬੰਨੇ, ਅੱਜ ਵੀ ਚਾਦਰ ਵਿਛੀ ਹੁੰਦੀ ਆ, ਉਹ ਚਾਦਰ 'ਤੇ ਮਹਾਰਾਜ 5ਵੇਂ ਪਾਤਸ਼ਾਹ ਨੇ ਆਪਣਾ ਪ੍ਰਕਾਸ਼ ਕੀਤਾ, ਉੱਥੇ ਪਲੰਘੇ 'ਤੇ ਗੁਰੂ ਪਾਤਸ਼ਾਹ ਦਾ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ। ਅੱਜ ਵੀ ਬੜੀ ਸ਼ਰਧਾ ਦੇ ਨਾਲ, ਭਾਵਨਾ ਦੇ ਨਾਲ ਦਰਬਾਰ ਸਾਹਿਬ ਸ੍ਰੀ ਨਗਰ ਕੀਰਤਨ ਨਿਕਲਦੇ ਨੇ, ਜੋ ਪਹਿਲਾ ਪ੍ਰਕਾਸ਼ ਦਾ ਜੋ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਸਮੁੱਚੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਦੇਣੀ ਚਾਹੁੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਚਾਰੇ ਪਾਸੇ ਫੁੱਲਾਂ ਦੀ ਸਜਾਵਟ ਕੀਤੀ ਜਾ ਰਹੀ ਹੈ ਜੀ ਹਰਿਮੰਦਰ ਸਾਹਿਬ ਦੇ? ਦਰਬਾਰ ਸਾਹਿਬ ਦੇ ਤਕਰੀਬਨ ਸਾਰੇ ਬੰਨੇ ਜਿੰਨੇ ਵੀ ਆ ਉੱਥੇ ਸਜਾਵਟ ਕੀਤੀ ਜਾ ਰਹੀ ਆ, ਅਕਾਲ ਤਖ਼ਤ ਸਾਹਿਬ 'ਤੇ ਸਜਾਵਟ ਕੀਤੀ ਰਹੀ ਆ, ਜਿੱਥੇ ਵੀ ਗੁਰੂ ਪਾਤਸ਼ਾਹ ਦਾ ਪ੍ਰਕਾਸ਼ ਚੱਲ ਰਿਹਾ ਉੱਥੇ ਸਜਾਵਟ ਕੀਤੀ ਜਾ ਰਹੀ ਆ। ਤੁਸੀਂ ਆਣ ਕੇ ਵੇਖੋ ਕਿੱਡੇ ਸੋਹਣੇ ਵਧੀਆ ਨਜ਼ਾਰਾ ਬੱਝਿਆ ਵਾ ਜੀ, ਬਹੁਤ ਆਨੰਦ ਆ ਰਿਹਾ। ਗੁਰੂ ਰਾਮਦਾਸ ਦੀਆਂ ਬੜੀਆਂ ਕਿਰਪਾ ਵਾ, ਠਾਠਾ ਮਾਰਦਾ ਇਕੱਠ ਤੁਹਾਨੂੰ ਦਿਸ ਹੀ ਰਿਹਾ ਵਾ, ਕਿੱਦਾਂ ਸੰਗਤਾਂ ਆ ਰਹੀਆਂ ਅਤੇ ਜਾ ਰਹੀਆਂ ਨੇ। ਬਹੁਤ ਅੱਜ ਤੋਂ ਇਕੱਠ ਦੀ ਜਿਹੜੀ ਆ ਬੜੀ ਮਾਰੀ ਪਰਮਾਤ ਰਹੀ ਆ, ਸਵੇਰ ਤੋਂ ਵੇਖਣ ਨੇ ਦਰਬਾਰ ਸਾਹਿਬ ਦੇ ਵਿੱਚ ਇਸੇ ਤਰ੍ਹਾਂ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਆ। ਪਹਿਲੇ ਪ੍ਰਕਾਸ਼ ਦੇ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਲੋਕਾਂ ਨੇ ਬਹੁਤ ਜਿਹੜੇ ਪ੍ਰਬੰਧ ਕੀਤੇ ਗਏ ਆ, ਜਿੱਥੇ ਲੋਕਾਂ ਦੇ ਆਪਣੇ ਬੂਹਿਆਂ ਦੇ ਕਰੇ ਪੱਖੇ ਲਾਏ ਆ ਵੀ ਗਰਮੀ ਨਾ ਮਹਿਸੂਸ ਹੋਏ, ਘਰਾਂ ਦੇ ਦਰਵਾਜ਼ੇ ਖੋਲ੍ਹ ਦਿੱਤੇ ਗਏ ਨੇ ਵੀ ਆਓ ਸਾਡੇ ਘਰਾਂ 'ਚ ਆਰਾਮ ਕਰੋ। ਪਰ ਵੱਧ ਤੋਂ ਵੱਧ ਸੰਗਤਾਂ ਨੂੰ ਆਪਣੇ ਘਰਾਂ 'ਚ ਠਹਿਰਾਉਂਦੇ ਨੇ, ਸਵੇਰੇ ਪਹਿਲੇ ਪ੍ਰਕਾਸ਼ ਵਾਜਦੇ ਅਤੇ ਪ੍ਰਸ਼ਾਦਾ ਪਾਣੀ ਪਕਾ ਕੇ ਤਿਆਰ ਕਰਕੇ ਛਕਾ ਕੇ ਉਹਨਾਂ ਘਰਾਂ ਤੋਂ ਲੈ ਕੇ ਆਉਂਦੇ ਨੇ। ਇਸੇ ਤਰ੍ਹਾਂ ਦਰਬਾਰ ਸਾਹਿਬ ਜਾਣਗੇ, ਇੱਥੇ ਵੀ ਬੜੇ ਸੁਚੇਰੇ ਪ੍ਰਬੰਧ ਕੀਤੇ ਗਏ ਨੇ, ਜਿੱਥੇ ਸਰਾਵਾਂ ਦਾ ਪ੍ਰਬੰਧ ਕੀਤਾ, ਲੰਗਰ ਪਾਣੀ ਦਾ ਪ੍ਰਬੰਧ ਕੀਤਾ, ਉੱਥੇ ਇੱਥੇ ਦੇਸ਼ ਵਿਦੇਸ਼ਾਂ ਤੋਂ ਲਿਆ ਕੇ ਪ੍ਰਧਾਨ ਜੀ ਹੋਣਾਂ ਨੇ ਬੂਟੇ ਇਹੋ ਜਿਹੇ ਫੁੱਲ ਲਾਏ ਹੈ, ਉਹਨਾਂ ਦੀਆਂ ਇੰਨੀਆਂ ਸੁਗੰਧੀਆਂ ਵੀ 4 ਦਿਨ ਲੱਥ ਜਾਣ ਤੋਂ ਬਾਅਦ ਵਿੱਚ ਸੁਗੰਧੀਆਂ ਆਉਂਦੀਆਂ ਰਹਿੰਦੀਆਂ ਨੇ। ਅੱਜ ਉਹ ਅੰਦਰ ਲੱਗਣ ਡਏ ਨੇ, ਬਾਹਰ ਤੱਕ ਸੁਗੰਧੀਆਂ ਆ ਰਹੀਆਂ, ਵੱਖਰੇ ਵੱਖਰੀਆਂ ਭਾਂਤਾਂ ਦੇ ਜਿਹੜੇ ਫੁੱਲ ਆ ਉਹ ਲਿਆ ਕੇ ਲਾਏ ਗਏ ਨੇ। ਅਸੀਂ ਘਰ ਬੈਠੇ ਸੰਗਤਾਂ ਨੂੰ ਵੀ ਆਉਂਦੇ ਹਾਂ, ਇਹੋ ਜਿਹਾ ਨਜ਼ਾਰਾ ਨਹੀਂ ਗਾ ਲੱਭਣਾ।
ਆਉਂਦੇ ਜਦੋਂ ਪਾਤਸ਼ਾਹ ਦਾ ਪ੍ਰਕਾਸ਼ ਆਉਂਦਾ ਵਾ, 33 ਕਰੋੜ ਦੇਵਤਾ ਜਿਹੜਾ ਵਾ ਉਹ ਆਣ ਕੇ ਦਰਸ਼ਨ ਕਰਦੇ ਨੇ, ਉਹ ਫੁੱਲ ਵਰਸਾਉਂਦੇ ਨੇ। ਗੁਰੂ ਮਹਾਰਾਜ ਸਾਹਿਬ ਬੜੀ ਪਾਤਸ਼ਾਹ ਦੀ ਕਿਰਪਾ ਵਾ, ਜਦੋਂ ਉੱਥੋਂ ਨਗਰ ਕੀਰਤਨ ਤੁਰਦਾ ਵਾ ਉੱਥੋਂ ਵੇਖਣ ਵਾਲਾ ਇਕੱਠ ਹੁੰਦਾ ਵਾ, ਗਲੀਆਂ ਦੇ ਵਿੱਚੋਂ ਲੰਘਿਆ ਨਹੀਂ ਜਾਂਦਾ, ਤੇਲ ਮਾਰਿਆਂ ਭੁੰਜੇ ਨਹੀਂ ਪੈਂਦਾ, ਇੰਨੀਆਂ ਸੰਗਤਾਂ ਜੁੜ ਜਾਂਦੀਆਂ ਨੇ ਪਹਿਲੇ ਪ੍ਰਕਾਸ਼ ਦੇ ਦਿਹਾੜੇ 'ਤੇ। ਅਤੇ ਉੱਥੇ ਦਰਬਾਰ ਸਾਹਿਬ ਮੈਨੇਜਰ ਸਾਹਿਬ ਵੱਲੋਂ ਬੜਾ ਸੋਹਣਾ ਸੁਚੇਰੇ ਪ੍ਰਬੰਧ ਕੀਤੇ ਗਏ ਸਰਦਾਰ ਭਗਵੰਤ ਸਿੰਘ ਹੋਣਾ ਵੱਲੋਂ, ਬਹੁਤ ਵਧੀਆ ਲੱਗਾ ਵਾ, ਮਨ ਬੜਾ ਗਦਗਦ ਹੋਇਆ ਵਾ। ਇਸ ਦਿਨ ਨੂੰ ਅਸੀਂ ਉਡੀਕਦੇ ਹਾਂ, ਅਸੀਂ ਨਹੀਂ ਸਮੁੱਚੀਆਂ ਸੰਗਤਾਂ ਉਡੀਕਦੀਆਂ ਵਾਂ। ਆਓ ਆਪਾਂ ਆਣ ਕੇ ਹੱਥੀਂ ਸੇਵਾ ਕਰਕੇ ਆਪਣੀਆਂ ਝੋਲੀਆਂ ਭਰੀਏ। ਗੁਰੂ ਪਾਤਸ਼ਾਹ ਜਿੱਥੇ 5ਵੇਂ ਪਾਤਸ਼ਾਹ ਨੇ ਇਹ ਪਾਰਜ ਤਿਆਰ ਕਰਕੇ ਗੁਰੂ ਗ੍ਰੰਥ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਲਿਆਂਦਾ, ਉੱਥੇ ਅੱਜ ਹੀ ਵੇਖੋ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਥੱਲੜੇ ਬੰਨੇ, ਜਿਹੜੇ ਗੁਰੂ ਪਾਤਸ਼ਾਹ ਦੇ ਪਲੰਘੇ ਦੇ ਥੱਲੜੇ ਬੰਨੇ, ਅੱਜ ਵੀ ਚਾਦਰ ਵਿਛੀ ਹੁੰਦੀ ਆ, ਉਹ ਚਾਦਰ 'ਤੇ ਮਹਾਰਾਜ 5ਵੇਂ ਪਾਤਸ਼ਾਹ ਨੇ ਆਪਣਾ ਪ੍ਰਕਾਸ਼ ਕੀਤਾ, ਉੱਥੇ ਪਲੰਘੇ 'ਤੇ ਗੁਰੂ ਪਾਤਸ਼ਾਹ ਦਾ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ। ਅੱਜ ਵੀ ਬੜੀ ਸ਼ਰਧਾ ਦੇ ਨਾਲ, ਭਾਵਨਾ ਦੇ ਨਾਲ ਦਰਬਾਰ ਸਾਹਿਬ ਸ੍ਰੀ ਨਗਰ ਕੀਰਤਨ ਨਿਕਲਦੇ ਨੇ, ਜੋ ਪਹਿਲਾ ਪ੍ਰਕਾਸ਼ ਦਾ ਜੋ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਸਮੁੱਚੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਦੇਣੀ ਚਾਹੁੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਚਾਰੇ ਪਾਸੇ ਫੁੱਲਾਂ ਦੀ ਸਜਾਵਟ ਕੀਤੀ ਜਾ ਰਹੀ ਹੈ ਜੀ ਹਰਿਮੰਦਰ ਸਾਹਿਬ ਦੇ ਦਰਬਾਰ ਸਾਹਿਬ ਦੇ, ਤਕਰੀਬਨ ਸਾਰੇ ਬੰਨੇ ਜਿੰਨੇ ਵੀ ਆ ਉੱਥੇ ਸਜਾਵਟ ਕੀਤੀ ਜਾ ਰਹੀ ਆ, ਅਕਾਲ ਤਖ਼ਤ ਸਾਹਿਬ 'ਤੇ ਸਜਾਵਟ ਕੀਤੀ ਰਹੀ ਆ, ਜਿੱਥੇ ਵੀ ਗੁਰੂ ਪਾਤਸ਼ਾਹ ਦਾ ਪ੍ਰਕਾਸ਼ ਚੱਲ ਰਿਹਾ ਉੱਥੇ ਸਜਾਵਟ ਕੀਤੀ ਜਾ ਰਹੀ ਆ। ਤੁਸੀਂ ਆਣ ਕੇ ਵੇਖੋ ਕਿੱਡੇ ਸੋਹਣੇ ਵਧੀਆ ਨਜ਼ਾਰਾ ਵੱਜਿਆ ਵਾ ਜੀ, ਬਹੁਤ ਆਨੰਦ ਆ ਰਿਹਾ।